ਆਪਣੇ ਮਾਂ ਪਿਓ, ਭੈਣ ਭਰਾ, ਆਂਢ ਗੁਆਂਢ, ਪਿੰਡ, ਦੇਸ਼ ਛੱਡਣਾ ਸੁਖਾਲਾ ਨਹੀਂ ਹੁੰਦਾ। ਕਿਸੇ ਨਵੀਂ ਥਾਂ 'ਤੇ ਲਾਇਆ ਬੂਟਾ ਵੀ ਇੱਕ ਵਾਰ ਸੁੱਕਦਾ ਜ਼ਰੂਰ ਹੈ, ਬਾਅਦ 'ਚ ਫੋਟਾਂ ਫੁੱਟਦੀਆਂ ਜਿਉਂ ਜਿਉਂ ਉਹਨੂੰ ਪਾਣੀ ਪੈ ਜਾਂਦਾ। ਪਰਦੇਸੀਆਂ ਨਾਲ ਵੀ ਕੁਝ ਇਸ ਤਰ੍ਹਾਂ ਦਾ ਵਾਪਰਦਾ। ਇੱਕ ਧਰਤੀ ਤੋਂ ਪੱਟ ਕੇ ਆਪਣੇ ਆਪ ਨੂੰ ਦੂਜੀ ਧਰਤੀ 'ਤੇ ਲਾਉਣਾ ਸੁਖਾਲਾ ਕੰਮ ਨਹੀਂ। ਜਿਉਂ ਜਿਉਂ ਮਿਹਨਤ ਨਾਲ ਨਵੀਆਂ ਟਾਹਣੀਆਂ ਫੁੱਟਦੀਆਂ ਤਾਂ ਦਿਨ ਸੁਖਾਲੇ ਹੁੰਦੇ ਆ। ਆਪਣੀ ਸੁਖਾਲ ਦੇ ਚੱਲਦਿਆਂ ਪਰਦੇਸੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਪਰਿਵਾਰ, ਆਪਣੇ ਪਿੰਡ, ਆਪਣੇ ਸੂਬੇ, ਆਪਣੇ ਦੇਸ਼ ਦੀ ਬਿਹਤਰੀ ਲਈ ਕੰਮ ਕੀਤਾ ਜਾਵੇ। ਪਰਦੇਸੀ ਇੱਕ ਅਜਿਹਾ ਸ਼ਬਦ ਹੈ ਜਿਹੜਾ ਆਪਣੇ ਆਪ 'ਚ ਇੱਕ ਬਨਵਾਸ ਹੈ, ਪਰ ਬਨਵਾਸ ਦੇ ਚੱਲਦਿਆਂ ਜਦੋਂ ਅਸੀਂ ਆਪਦੇ ਸੁੱਖਾਂ, ਆਪਦੇ ਦੁੱਖਾਂ ਨੂੰ ਲੁਕੋ ਕੇ ਦੂਜਿਆਂ ਦੇ ਸੁੱਖ ਲੋੜੀਏ ਤਾਂ ਇਹ ਤੋਂ ਵੱਡੀ ਦੁਆ ਹੋਰ ਕੋਈ ਨਹੀਂ ਹੋ ਸਕਦੀ। ਪਰਦੇਸੀ ਹਰ ਸਾਲ ਆਪਣਿਆਂ, ਬੇਗਾਨਿਆਂ, ਸਾਰਿਆਂ ਦਾ ਸੁੱਖ ਲੋੜਦਾ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌਂ ਦੇ ਨੌਜਵਾਨ ਮਨਪ੍ਰੀਤ ਸਿੰਘ ਮੰਨਾ ਬੈਲਜੀਅਮ ਵੱਸਦਾ। ਆਪਣੇ ਵਿਆਹ ਦੀ ਸਾਲਗਿਰਾ ਮੌਕੇ ਉਹਨੇ ਪਿੰਡ ਦੇ ਵਿੱਚ ਜਿਹੜੇ ਲੋਕ ਕਰਫਿਊ ਦੇ ਦਿਨਾਂ ਦੇ ਵਿੱਚ ਘਰਾਂ ਅੰਦਰ ਕੈਦ ਹੈ, ਜਿਨ੍ਹਾਂ ਕੋਲ ਪ੍ਰਸ਼ਾਦਾ ਪਹੁੰਚਾਉਣ ਲਈ ਪਿੰਡ ਦੇ ਨੌਜਵਾਨਾਂ ਵੱਲੋਂ, ਗੁਰਦੁਆਰਾ ਸਾਹਿਬ ਕਮੇਟੀ ਵੱਲੋਂ ਅਤੇ ਪੰਚਾਇਤ ਵੱਲੋਂ ਸਾਂਝੇ ਉੱਦਮ ਕੀਤੇ ਜਾ ਰਹੇ ਆ, ਮੰਨਾ ਨੇ ਆਪਣੀ ਸਾਲਗਿਰਾ ਦੇ ਮੌਕੇ ਇੱਕ ਪ੍ਰਵਾਸੀ ਹੋਣ ਦੇ ਨਾਤੇ, ਇੱਕ ਉਸ ਪਿੰਡ ਦਾ ਬਛਿੰਦਾ ਹੋਣ ਦੇ ਨਾਤੇ, ਉਸ ਪਿੰਡ 'ਚ ਜੰਮਿਆ ਹੋਣ ਦੇ ਨਾਤੇ 31,000 ਰੁਪਏ ਸਹਿਯੋਗ ਦਿੱਤਾ। ਹਾਲਾਂਕਿ ਮੰਨਾ ਪਹਿਲਾਂ ਵੀ ਬਹੁਤ ਵਾਰ ਇਸੇ ਤਰ੍ਹਾਂ ਹੀ ਗੁਪਤ ਸਹਿਯੋਗ ਦੇ ਚੁੱਕਿਆ, ਪਰ ਅੱਜ ਜਦੋਂ ਪਰਦੇਸੀਆਂ ਨੂੰ ਕਰੋਨਾ ਵਾਇਰਸ ਦੀ ਆੜ ਕਰਕੇ ਭੰਡਿਆ ਜਾ ਰਿਹਾ, ਨਿੰਦਿਆ ਜਾ ਰਿਹਾ, ਉਹਨਾਂ ਨੂੰ ਟਿੱਚਰਾਂ ਕੀਤੀਆਂ ਜਾ ਰਹੀਆਂ, ਇਹੋ ਜਿਹੇ ਦੌਰ ਦੇ ਵਿੱਚ ਇੱਕ ਪਰਦੇਸੀ ਵੱਲੋਂ ਦੁੱਖ ਦੀ ਘੜੀ ਵਿੱਚ ਆਪਦੇ ਸੁੱਖ ਦੇ ਦਿਨ ਨੂੰ ਸ਼ਾਮਿਲ ਕਰਨਾ ਇੱਕ ਵੱਡੀ ਗੱਲ ਹੈ। ਮੈਂ ਆਪਣੇ ਵੱਲੋਂ ਨਿੱਕੇ ਵੀਰ ਮਨਪ੍ਰੀਤ ਮੰਨਾ ਅਤੇ ਉਹਦੀ ਜੀਵਨ ਸਾਥਣ ਨੂੰ ਉਹਨਾਂ ਦੀ ਸਾਲਗਿਰਾ 'ਤੇ ਵਧਾਈ ਪੇਸ਼ ਕਰਦਾ ਅਤੇ ਉਹਨਾਂ ਲੋਕਾਂ ਨੂੰ ਇਹ ਸ਼ੀਸ਼ਾ ਦਿਖਾਉਣ ਦੀ ਲੋੜ ਹੈ ਜਿਹੜੇ ਅਜੇ ਵੀ ਪਰਦੇਸੀਆਂ ਨੂੰ, ਪ੍ਰਵਾਸੀਆਂ ਨੂੰ ਟਿੱਚਰਾਂ ਕਰਦੇ ਆ। ਨਿਕਲਦੇ ਨਹੀਂ ਪਏ ਹੁਣ, ਕੋਈ ਨਹੀਂ ਕੋਈ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਬੈਲਜੀਅਮ ਤੋਂ ਇੱਥੇ ਆਇਆ ਸੀ ਅੱਜ ਦੀ ਮੈਰਿਜ ਐਨਵਰਸਰੀ ਮਨਾਉਣ ਲਈ, ਔਰ ਤੁਹਾਨੂੰ ਪਤਾ ਹੀ ਆ ਜਿਹੜੀ ਹੁਣ ਬਿਮਾਰੀ ਚੱਲ ਰਹੀ ਹੈ ਉਹਦੇ ਕਰਕੇ ਆਪਾਂ ਕੋਈ ਸੈਲੀਬ੍ਰੇਟ ਕੁਛ ਨਹੀਂ ਕਰ ਰਹੇ। ਮੈਂ ਕਿਹਾ ਚਲੋ ਕੀ ਕਰਨਾ ਹੈ, ਜੇ ਕੰਮ ਕਰਕੇ ਉਹੀ ਸੇਵਾ ਦਿੱਤੀ ਜਾਵੇ ਉਨਾ ਹੀ ਬੈਠਾ, ਤੋ ਮੈਂ ਆਪਦਾ ਲੰਗਰ 'ਚ ਸੇਵਾ ਪਾਈ ਆ। ਅਤੇ ਕੁਝ ਕੁ ਗੱਲਾਂ ਹੈਗੀਆਂ ਜਿਹੜੀਆਂ ਮਤਲਬ ਕਿ ਚੁੱਭ ਰਹੀਆਂ ਸੀਗੀਆਂ। ਉੱਦਾਂ ਮੇਰਾ ਪਿੰਡ ਮੇਰੇ ਨਾਲ ਆ ਹਮੇਸ਼ਾ ਖੜ੍ਹਾ, ਅਤੇ ਮੈਂ ਵੀ ਹਮੇਸ਼ਾ ਆਪਦੇ ਪਿੰਡ ਦੇ ਨਾਲ ਖੜ੍ਹਾ, ਪਰ ਕੁਝ ਕਲਾਕਾਰਾਂ ਦੇ ਗਾਉਣ ਨਾਲ ਕੁਛ ਵਜ੍ਹਾ ਕਰਕੇ NRI ਨੂੰ ਬਦਨਾਮ ਕੀਤਾ ਜਾ ਰਿਹਾ ਵੀ NRI ਕਰਕੇ ਬਿਮਾਰੀ ਆਈ ਆ। ਵੀ ਕੋਈ NRI ਕਰਕੇ ਨਹੀਂ ਬਿਮਾਰੀ ਆਈ, ਅਤੇ ਇਹ ਬਿਮਾਰੀ ਤਾਂ ਕੇਰਲਾ 'ਚ ਵੀ ਆ, ਉੱਥੇ ਕਿਹੜਾ ਕੋਈ ਆਪਣੇ ਪੰਜਾਬੀ ਪਰਦੇਸੀ ਉੱਥੇ ਗਏ ਆ ਜਿਹੜੇ ਉੱਥੇ ਆ ਗਈ ਆ। ਅਤੇ ਪਰ ਨਫ਼ਰਤ ਨਾ ਪੈਦਾ ਕਰੀਏ, ਆਪਾਂ ਇੱਕ ਦੂਜੇ ਨਾਲ ਪਿਆਰ ਵਧਾਈਏ। ਕਦੇ ਵੀ ਕੋਈ ਵੀ NRI ਹਮੇਸ਼ਾ ਆਪਦੇ ਪਿੰਡ ਲਈ ਸੋਚਦਾ ਵੀ ਆਪਦੇ ਪਿੰਡ ਲਈ ਜਿੰਨਾ ਹੋ ਸਕੇ ਵੱਧ ਤੋਂ ਵੱਧ ਕੀਤਾ ਜਾਵੇ, ਅਤੇ ਉਹ ਹਮੇਸ਼ਾ ਕਰਦਾ ਵੀ ਆ। ਚਾਹੇ ਸਕੂਲ ਦਾ ਕੰਮ ਹੋਵੇ, ਕੋਈ ਗੁਰਦੁਆਰੇ ਦਾ ਕੰਮ ਹੋਵੇ, ਕਿਸੇ ਵੀ ਗਰੀਬ ਕੁੜੀ ਦਾ ਵਿਆਹ ਹੋਵੇ, ਕਿਤੇ ਵੀ ਹੋਵੇ, ਹਮੇਸ਼ਾ ਉਹ ਖੜ੍ਹਦਾ। ਸਭ ਨੂੰ ਇਹ ਗੱਲ ਦਾ ਪਤਾ ਹੈ, ਪਰ ਅੱਜ ਇੱਕ ਛੋਟੀ ਜਿਹੀ ਬਿਮਾਰੀ ਕਰਕੇ ਆਪਾਂ ਉਹਨਾਂ ਨੂੰ ਗਲਤ ਸਾਬਤ ਕਰ ਰਹੇ ਹਾਂ, ਇਹ ਬਹੁਤ ਗਲਤ ਗੱਲ ਆ। ਅਤੇ ਬਸ ਮੈਂ ਇਹੀ ਗੱਲ ਕਹਿਣੀ ਸੀ ਵੀ ਕਿਸੇ ਦੇ ਕਹਿਣ 'ਤੇ ਇਹਨਾਂ ਗੱਲਾਂ 'ਚ ਨਾ ਆਓ, ਅਤੇ ਬਈ NRI ਆਪਣੇ ਹਮੇਸ਼ਾ ਨਾਲ ਖੜ੍ਹਿਆ, ਨਾਲ ਖੜ੍ਹਦੇ, ਆਪਾਂ ਉਹਨਾਂ ਦੇ ਨਾਲ ਵੀ ਖੜੀਏ, ਕਦੇ ਕੋਈ ਇਹੋ ਜਿਹੀ ਗੱਲ ਨਾ ਕਹੀਏ। ਬਾਕੀ ਸਾਡੇ ਸਰਪੰਚ ਸਾਹਿਬ ਹੈਗੇ ਨੇ ਜੋ ਇਹਨਾਂ ਕਹਿਣਾ ਚਾਹੁੰਦੇ ਵੀ ਕਹਿ ਸਕਦੇ। ਮੈਂ ਅਮਰਿੰਦਰ ਸਿੰਘ, ਸਰਪੰਚ ਪਿੰਡ ਕਿਲਾ ਨੌਂ।
ਅਸੀਂ ਜੋ 26 ਤਰੀਕ ਤੋਂ ਇੱਥੇ ਨਗਰ ਨਿਵਾਸੀਆਂ ਵਾਸਤੇ ਲੰਗਰ ਗੁਰਦੁਆਰਾ ਸਾਹਿਬ ਤਿਆਰ ਕਰਦੇ ਹਾਂ, ਪਹਿਲਾਂ 2 ਟਾਈਮ ਇੱਥੋਂ ਹੀ ਚੱਲਦਾ ਹੈਗਾ ਲੰਗਰ, ਤਕਰੀਬਨ 1500 ਆਦਮੀ ਦਾ ਜਿਹੜਾ ਲੰਗਰ ਆ ਗਰੀਬ ਪਰਿਵਾਰਾਂ ਨੂੰ ਅਸੀਂ ਰੋਜ਼ ਮੁਹੱਈਆ ਕਰਾਉਂਦੇ ਹਾਂ ਇੱਥੇ ਤਿਆਰ ਕਰਕੇ। ਔਰ ਸਭ ਤੋਂ ਵੱਧ ਸਹਿਯੋਗ ਸਾਡੇ NRI ਭਰਾਵਾਂ ਦਾ, ਜਿਨ੍ਹਾਂ ਨੇ ਸਾਡੇ ਕਹਿਣ ਤੋਂ ਬਿਨਾਂ ਹੀ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅੱਜ ਲੋੜਵੰਦ ਪਰਿਵਾਰਾਂ ਨੂੰ ਲੰਗਰ ਦੀ ਲੋੜ ਆ, ਹੋਰ ਸਮਾਨ ਦੀ ਜ਼ਰੂਰਤ ਦੀ ਲੋੜ ਆ, ਤਾਂ ਉਹਨਾਂ ਨੇ ਆਪ ਹੀ ਜਿਹੜੀ ਬਹੁਤ ਸੇਵਾ ਸਾਨੂੰ ਭੇਜੀ ਆ। ਔਰ ਸਾਡੇ ਮਨਪ੍ਰੀਤ ਵੀਰ ਜੀ ਨੇ ਪਹਿਲਾਂ ਵੀ 11,000 ਰੁਪਇਆ ਦਿੱਤਾ ਸੀ, ਔਰ ਅੱਜ ਆਪਣੀ ਮੈਰਿਜ ਐਨਵਰਸਰੀ 'ਤੇ ਇਹਨਾਂ ਨੇ ਦੁਬਾਰਾ 20,000 ਰੁਪਇਆ ਸਾਨੂੰ ਹੋਰ ਫੰਡ ਭੇਜਿਆ ਸੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਾਕੀ ਕਈ ਐਵੇਂ ਸੋਸ਼ਲ ਮੀਡੀਆ 'ਤੇ ਪਾਈ ਜਾਂਦੇ ਆ ਬਦਨਾਮ ਕਰਨ ਵਾਸਤੇ, ਅਸੀਂ ਇਹਨਾਂ ਦੀ ਸਿਫਤ ਇਸ ਗੱਲੋਂ ਕਰਦੇ ਹਾਂ, ਜਦੋਂ ਆਏ ਇਹਨਾਂ ਨੇ ਸਭ ਤੋਂ ਪਹਿਲਾਂ ਸਾਨੂੰ ਕਨਫਰਮ ਕੀਤਾ ਕਿ ਕਿਤੇ ਵੀ ਸਾਡੀ ਜੋ ਲੋੜ ਆ ਟੈਸਟ ਕਰਵਾਉਣ ਦੀ ਜਾਂ ਕੁਛ ਆ, ਅਸੀਂ ਇਸ ਤਰੀਕ ਨੂੰ ਆਏ ਹਾਂ, ਅਸੀਂ ਸਾਨੂੰ ਕਨਫਰਮ ਇਹਨਾਂ ਨੇ ਕੀਤਾ ਸੀ। ਬਹੁਤ ਬਹੁਤ ਧੰਨਵਾਦ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡ ਕਿਲ੍ਹਾ ਤੋਂ, ਫਰੀਦਕੋਟ ਤੋਂ, ਜੋ ਕਿ ਆਪਾਂ ਨੂੰ ਪਤਾ ਹੀ ਹੈ ਕਿ ਕਰੋਨਾ ਵਰਗੀ ਭਿਆਨਕ ਬਿਮਾਰੀ ਚੱਲ ਰਹੀ ਹੈ, ਇਹਦੇ ਸੰਬੰਧ ਵਿੱਚ ਜੋ ਕਿ ਸਾਡੇ ਪਿੰਡ ਵੱਲੋਂ, ਪਿੰਡ ਦੀ ਪੰਚਾਇਤ ਵੱਲੋਂ, ਸਮੂਹ NRI ਵੀਰਾਂ ਵੱਲੋਂ, ਅਤੇ ਜੋ ਅਸੀਂ ਲੋੜਵੰਦ ਪਰਿਵਾਰਾਂ ਨੂੰ ਇੱਥੇ ਗੁਰਦੁਆਰਾ ਸਾਹਿਬ ਵੀ ਲੰਗਰ ਤਿਆਰ ਕਰਕੇ ਸਾਰਾ ਬਣਾ ਕੇ ਲੋੜਵੰਦ ਪਰਿਵਾਰਾਂ ਤੱਕਰ ਭੇਜਦੇ ਹਾਂ ਜੀ। ਸੋ ਸਾਰੇ ਮੇਰੇ ਵੀਰ ਜਿੰਨੇ ਵੀ ਸੇਵਾਦਾਰ ਉਹ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਦਿੰਦੇ ਆ, ਪੰਚਾਇਤ ਦਾ ਵੀ ਵੱਧ ਤੋਂ ਵੱਧ ਸਹਿਯੋਗ ਹੈ। ਸਭ ਤੋਂ ਵੱਧ ਸਹਿਯੋਗ ਹੈ ਜਿਹੜਾ ਸਾਨੂੰ NRI ਵੀਰਾਂ ਦਾ, ਜਿਨ੍ਹਾਂ ਨੇ ਸਾਨੂੰ ਬਿਨਾਂ ਪੁੱਛੇ ਤੋਂ ਹੀ ਜੋ ਬਣਦਾ ਫੰਡ ਸੀ ਸਾਨੂੰ ਭੇਜ ਦਿੱਤਾ। ਸੋ ਅਸੀਂ ਜੋ ਇਸ ਲੰਗਰ ਨੂੰ ਲਗਾਤਾਰ ਜਾਰੀ ਰੱਖ ਸਕੀਏ। ਸੋ ਅਸੀਂ ਜਿੰਨਾ ਚਿਰ ਇਹ ਸੇਵਾ ਚੱਲੇਗੀ ਅਸੀਂ ਇਸ ਨੂੰ ਚੰਗੇ ਤਰੀਕੇ ਨਾਲ ਨਿਭਾਵਾਂਗੇ। ਸੋ ਸਾਰੇ ਹੀ ਸੇਵਾਦਾਰ ਸਮੂਹ, ਪੰਚਾਇਤ, ਸਮੂਹ ਕਲੱਬਾਂ ਜੋ ਸਾਡੇ ਨਾਲ ਸਹਿਯੋਗ ਦੇ ਰਹੇ ਨੇ, ਸਾਡੇ NRI ਵੀਰ, ਸੋ ਅਸੀਂ ਆਸ ਕਰਦੇ ਹਾਂ ਸਰਕਾਰਾਂ ਦੇ ਨਾਲ ਖੜ੍ਹੇ ਰਹਾਂਗੇ ਅਤੇ ਵੱਧ ਤੋਂ ਵੱਧ ਸੇਵਾ ਕਰਦੇ ਰਹਾਂਗੇ। ਅਤੇ ਕੋਈ ਵੀ ਲੋੜਵੰਦ ਵੀਰ ਸਾਡੇ ਪਿੰਡ ਵਿੱਚ ਜੋ ਕਿ ਰੋਟੀ ਤੋਂ ਬਿਨਾਂ ਨਾ ਸੋਵੇਂ, ਸੋ ਅਸੀਂ ਇਸ ਕਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਜੜੋਂ ਖਤਮ ਕਰਨ ਲਈ ਹਮੇਸ਼ਾ ਪਿੰਡ ਦੇ ਸਹਿਯੋਗ ਨਾਲ ਅਤੇ ਸੇਵਾਦਾਰਾਂ ਨਾਲ ਖੜ੍ਹੇ ਹਾਂ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।